ਕਿਸਾਨਾਂ ਦੀ ਖੱਜਲ ਖੁਆਰੀ ਕਿਸੇ ਤੋਂ ਛੁਪੀ ਨਹੀਂ ਹੈ। ਇੱਕ ਵਾਰ ਫਿਰ ਕਿਸਾਨ ਖੇਤੀਬਾੜੀ ਮਹਿਕਮੇ ਤੇ ਪੰਜਾਬ ਸਰਕਾਰ ਦਾ ਦਵਾਰ ਖਟਖਟਾ ਰਹੇ ਨੇ ਕਣਕ ਦੀ ਫਸਲ ਦੇ ਬਚਾਅ ਲਈ, ਪਰ ਨਾ ਖੇਤੀਬਾੜੀ ਮਹਿਕਮਾ ਤੇ ਨਾ ਹੀ ਪੰਜਾਬ ਸਰਕਾਰ ਇਹਨਾਂ ਦੀ ਮੁਸ਼ਕਿਲ ਦਾ ਹੱਲ ਕਰ ਰਹੀ ਹੈ। ਕਿਸਾਨਾਂ ਦੀ ਖੱਜਲ ਖੁਆਰੀ ਨੂੰ ਬਿਆਨ ਕਰਦੀ ਇਹ ਰਿਪੋਰਟ। ਪੰਜਾਬ ਦੇ ਕਿਸਾਨ ਆਏ ਦਿਨ ਕਿਸੇ ਨਾ ਕਿਸੇ ਪਰੇਸ਼ਾਨੀ ਨਾਲ ਜੂਝਦੇ ਰਹਿੰਦੇ ਨੇ, ਪਰ ਇਹਨਾਂ ਪਰੇਸ਼ਾਨੀਆਂ ਦਾ ਹੱਲ ਕਦੇ ਨਹੀਂ ਨਿਕਲਦਾ। ਹੁਣ ਫਿਰ ਤੋਂ ਮੌਸਮ ਠੀਕ ਨਾ ਹੋਣ ਦੇ ਚਲਦਿਆਂ ਕਣਕ ਦੀ ਫਸਲ ਨੂੰ ਕਾਲਾ ਤਿੱਲਾ ਤੇ ਚਿੱਟੀ ਕੁੰਗੀ ਪੈ ਗਈ ਹੈ, ਜੋ ਸਾਰੀ ਕਣਕ ਦੀ ਫਸਲ ਨੂੰ ਖਰਾਬ ਕਰ ਰਹੀ ਹੈ। ਪਰ ਇਸ ਬਿਮਾਰੀ ਤੋਂ ਫਸਲਾਂ ਨੂੰ ਬਚਾਉਣ ਦੇ ਲਈ ਕਿਸਾਨ ਖੇਤੀਬਾੜੀ ਮਹਿਕਮੇ ਦੀ ਮਦਦ ਮੰਗ ਰਹੇ ਨੇ। ਕਿਸਾਨਾਂ ਦਾ ਇਲਜ਼ਾਮ ਹੈ ਕਿ ਖੇਤੀਬਾੜੀ ਮਹਿਕਮਾ ਉਹਨਾਂ ਦੀ ਸੁਣਵਾਈ ਨਹੀਂ ਕਰ ਰਿਹਾ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਵੀ ਇਸ ਦੇ ਖਾਤਮੇ ਲਈ ਦਵਾਈਆਂ ਦੀ ਮੰਗ ਕੀਤੀ ਹੈ। ਮੁਸ਼ਕਲ ਸਾਨੂੰ ਆ ਰਹੀ ਪਿਆ ਤੇ ਕਾਲਾ ਤੇਲਾ ਪੈ ਰਿਹਾ ਕਣਕ ਨੂੰ, ਤੇ ਇਸ ਤੋਂ ਬਾਅਦ ਹੋ ਸਕਦਾ ਜਿੱਦਾਂ ਗਰਮੀ ਪੈ ਰਹੀ ਹੈ, ਗਰਮੀ ਦੇ ਮੌਸਮ ਦੇ ਨਾਲ ਕਾਲੀ ਕੁੰਗੀ ਵੀ ਪੈਣ ਦੀ ਜਾਪਦਾ ਵੀ ਪੂਰੀ ਪੂਰੀ ਆਸ ਹੈ ਜਿਸ ਤਰ੍ਹਾਂ ਵੀ ਪਊਗੀ ਜ਼ਰੂਰ। ਅਤੇ ਅਸੀਂ ਸਰਕਾਰ ਕੋਲੋਂ ਇਸ ਤਰ੍ਹਾਂ ਮੰਗ ਕਰ ਰਹੇ, ਸਾਨੂੰ ਦਵਾਈਆਂ ਸਸਤੀਆਂ ਦਿੱਤੀਆਂ ਜਾਣ, ਸਾਨੂੰ ਇਹਨਾਂ ਦਾ ਭਾਅ ਦਿੱਤਾ ਜਾਵੇ, ਸਾਨੂੰ ਜੇ ਕਿਸਾਨ ਬਚ ਗਿਆ ਤਾਂ ਸਾਰਾ ਕੁਝ ਬਚ ਗਿਆ, ਜੇ ਕਿਸਾਨ ਨਾ ਬਚਿਆ ਤਾਂ ਕੁਛ ਵੀ ਨਹੀਂ ਬਚੂਗਾ। ਕਾਲੇ ਤਿੱਲ ਦਾ ਨੁਕਸਾਨ ਤਾਂ ਇਹ ਹੈ ਕਿ ਝਾੜ ਘੱਟ ਨਿਕਲੂਗਾ। ਅਸੀਂ ਆਪਣੇ ਪੁੱਤਾਂ ਨੂੰ ਫਸਲ ਪਾਲੀ ਆ, ਦਿਨ ਰਾਤ ਇੱਕ ਕਰਕੇ ਪਾਣੀ ਲਾ ਕੇ ਖਾਤਾਂ ਪਾ ਕੇ, ਅਤੇ ਹੁਣ ਸਮੇਂ ਦੀ ਮਾਰ ਸਮਝ ਲਓ ਕਿ ਕੀੜਾ ਪਕੀੜਾ ਲੱਗ ਗਿਆ, ਇਹਦੇ ਨਾਲ ਕੁੰਗੀ ਵੀ ਲੱਗਣ ਦਾ ਡਰ ਆ। ਹੁਣ ਸਾਨੂੰ ਇਹੀ ਹੈ ਕਿ ਚੰਗੀਆਂ ਸਰਕਾਰ ਦਵਾਈਆਂ ਸਾਡੇ ਤੱਕ ਪਹੁੰਚਾਉਣ, ਅਤੇ ਸਾਨੂੰ ਸਹੀ ਰੇਟ 'ਤੇ ਦਵਾਈਆਂ ਦੇਣ, ਅਤੇ ਸਹੀ ਰੇਟ ਸਾਨੂੰ ਦੇਣ, ਅਤੇ ਤਾਂ ਹੀ ਸਾਡਾ ਬਚਾਅ ਹੋ ਸਕਦਾ ਹੈ। ਖੇਤੀ ਵਿਭਾਗ 'ਤੇ ਅਜੇ ਤੱਕ ਤਾਂ ਕੋਈ ਪਹੁੰਚਿਆ ਨਹੀਂ, ਅਤੇ ਜੇ ਪਹੁੰਚਣ ਦੀ ਆਸ ਵੀ ਆ ਤਾਂ ਉਹ ਆਣ ਕੇ ਕਰਨਗੇ ਕੀ? ਤੁਹਾਨੂੰ ਸਰਕਾਰ ਆਣ ਕੇ ਸਹੀ ਰੇਟ 'ਤੇ ਦੇਣ, ਜੇ ਨਕਲੀ ਦਵਾਈਆਂ ਬੰਦ ਕਰਨ। ਜਦਕਿ ਖੇਤੀਬਾੜੀ ਬਲਾਕ ਅਫਸਰ ਦਾ ਕਹਿਣਾ ਹੈ ਕਿ ਕਾਲੇ ਤਿੱਲੇ ਦੀ ਦਵਾਈ ਉਹਨਾਂ ਦੇ ਕੋਲ ਹੈ ਹੀ ਨਹੀਂ, ਉਹਨਾਂ ਕੋਲ ਸਿਰਫ ਪੀਲੀ ਕੁੰਗੀ ਦੀ ਦਵਾਈ ਹੈ। ਕਾਲੇ ਤਿੱਲੇ ਦੇ ਸੰਬੰਧੀ ਤਾਂ ਇਹ ਹੈਗਾ ਵੀ ਮੌਸਮ ਦਾ ਕਰਕੇ ਵਾਧਾ ਘੱਟਦਾ ਰਹਿੰਦਾ, ਅਤੇ ਫਿਰ ਵੀ ਕਿਸਾਨਾਂ ਨੂੰ ਜਿਹੜੀ ਇਹ ਸਲਾਹ ਦਿੱਤੀ ਜਾਂਦੀ ਆ ਕਿ ਜਦੋਂ ਛੱਟਿਆਂ 'ਤੇ ਆਉਂਦਾ ਉਦੋਂ ਇਹ ਨੁਕਸਾਨ ਕਰਦਾ, ਅਤੇ ਜਦੋਂ 5 ਚੇਪਿਆਂ ਤੋਂ ਵੱਧ ਹੋਣ ਤੇਲਿਆਂ ਤੋਂ, ਤਾਂ ਫਿਰ ਇਹਦੀ ਜਿਹੜੀ ਆ ਵੇਖ ਕੇ ਸਪਰੇਅ ਕਰਨੀ ਚਾਹੀਦੀ ਹੈ। ਇਹਦੇ ਲਈ ਸਿਫਾਰਿਸ਼ ਕੀਤੀਆਂ ਦਵਾਈਆਂ ਜਿਹੜੀ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਵੇਂ ਕਿ ਰੀਡਾਕਲੋਪਰ ਜਿਹੜੀ ਹੈ 40 ml, ਅਤੇ ਥਾਈਮਥੋਕਸਿਨ 20 ਗ੍ਰਾਮ, ਅਤੇ ਡੈਂਟੋਪ ਜਿਹੜੀ ਆ 20 ਗ੍ਰਾਮ, ਜਿਹੜੀ ਆਪਣੀ ਦਵਾਈ ਜਿਹੜੀ ਵਰਤ ਕੇ ਸਿਫਾਰਿਸ਼ ਕੀਤੀਆਂ ਦੀ ਕਰਨੀ ਚਾਹੀਦੀ ਹੈ। ਫਿਲਹਾਲ ਖੇਤੀਬਾੜੀ ਅਫਸਰਾਂ ਵੱਲੋਂ ਦਿੱਤਾ ਗਿਆ ਇਹ ਜਵਾਬ ਵਾਜਿਬ ਨਹੀਂ ਹੈ, ਕਿਉਂਕਿ ਕੁਝ ਦਿਨ ਪਹਿਲਾਂ ਹੀ ਪੇਸ਼ ਹੋਏ ਬਜਟ 'ਚ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਲਈ ਵੱਡੇ ਵੱਡੇ ਐਲਾਨ ਕੀਤੇ ਸੀ, ਪਰ ਕਿਸਾਨਾਂ ਦੀਆਂ ਫਸਲਾਂ ਨੂੰ ਅਜੇ ਵੀ ਇਸ ਤਰ੍ਹਾਂ ਖਰਾਬ ਹੋਣਾ ਕੀ ਇਹਨਾਂ ਐਲਾਨਾਂ ਦੀ ਸਹੀ ਤਸਵੀਰ ਨੂੰ ਬਿਆਨ ਕਰ ਰਿਹਾ ਹੈ? ਨਿਊਜ਼ ਡੈਸਕ ਤੋਂ ਸ਼ੈਰੀ ਗੌਰਵਾ ਦੇ ਨਾਲ ਵਿਜੇ ਕੁਮਾਰ, ਗਲੋਬਲ ਪੰਜਾਬ ਟੀਵੀ, ਤਰਨ ਤਾਰਨ।